ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇਸ ਚੈਨਲ ਤੇ। ਔਰ ਹਰ ਵਾਰ ਤੁਸੀਂ ਸਾਨੂੰ ਦੇਖਦੇ ਹੋ ਇਸ ਮੰਚ ਦੇ ਉੱਤੇ, ਵੱਖ ਵੱਖ ਮੁਲਕਾਂ ਦੇ ਸਟੱਡੀ ਵੀਜ਼ੇ ਕਿਵੇਂ ਅਪਲਾਈ ਕਰੀਦੇ ਆ, ਕਿਵੇਂ ਵੀਜ਼ੇ ਲਏ ਜਾ ਸਕਦੇ ਨੇ, ਕੀ ਟ੍ਰੈਂਡ ਚੱਲ ਰਿਹਾ ਹੈ, ਅਪਡੇਟਸ ਕੀ ਨੇ, ਕਿੰਨਾ ਬੱਚਿਆਂ ਨੂੰ ਵੀਜ਼ੇ ਮਿਲਣਗੇ, ਕਿੰਨਿਆਂ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਗਏ, ਜੇਕਰ ਰਿਫਿਊਜ਼ ਹੋ ਗਿਆ ਤਾਂ ਹੁਣ ਅੱਗੇ ਬੱਚੇ ਕੀ ਕਰ ਸਕਦੇ ਆ। ਅੱਜ ਪੁਨੀਤ ਖੰਨਾ ਜੀ ਸਾਡੇ ਨਾਲ ਹਾਜ਼ਰ ਨੇ ਓਮ ਗਲੋਬਲ ਤੋਂ। ਸੋ ਓਮ ਗਲੋਬਲ ਦੀ ਗੱਲ ਕਰ ਲਈਏ ਤਾਂ 12-13 ਸਾਲ ਤੋਂ ਵੱਧ ਦਾ ਤਜਰਬਾ ਹੈ ਹਰ ਇੱਕ ਮੁਲਕ ਦਾ, ਚਾਹੇ ਉਹ UK ਦੀ ਗੱਲ ਹੋਵੇ, ਚਾਹੇ ਉਹ ਆਸਟ੍ਰੇਲੀਆ ਦੀ ਗੱਲ ਹੋਵੇ, ਚਾਹੇ ਉਹ ਕੈਨੇਡਾ ਦੀ ਗੱਲ ਹੋਵੇ, ਚਾਹੇ ਉਹ ਅਮਰੀਕਾ ਦੇ ਸਟੱਡੀ ਵੀਜ਼ਾ ਦੀ ਗੱਲ ਹੋਵੇ। ਪਰ ਅੱਜ ਸਪੈਸ਼ਲੀ ਉਹਨਾਂ ਬੱਚਿਆਂ ਬਾਰੇ ਗੱਲਬਾਤ ਕਰਾਂਗੇ, ਖਾਸ ਤੌਰ 'ਤੇ ਜਿਹੜੇ ਬੱਚੇ 12ਵੀਂ ਪਾਸ ਨੇ, ਗ੍ਰੈਜੂਏਟ ਨੇ, ਜਿਨ੍ਹਾਂ ਨੇ ENM ਕੀਤੀ ਹੋਈ ਹੈ, GNM ਕੀਤੀ ਹੋਈ ਹੈ, ਔਰ ਆਪਣਾ ਫਿਊਚਰ ਆਸਟ੍ਰੇਲੀਆ ਦੇ ਵਿੱਚ ਦੇਖਦੇ ਨੇ। ਸੋ ਖੰਨਾ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ ਓਮ ਗਲੋਬਲ ਤੋਂ। ਉਸ ਤੋਂ ਬਾਅਦ ਇਹਨਾਂ ਦਾ ਤਜਰਬਾ ਸਾਂਝਾ ਕਰਦੇ ਹਾਂ, ਕਿਉਂਕਿ ਬਹੁਤ ਸਾਰੀਆਂ ਫਾਈਲਸ ਇਹਨਾਂ ਨੇ ਮੈਂਬਰਸੀ ਪਾਈਆਂ ਹੁੰਦੀਆਂ, ਜਦੋਂ ਮਰਜ਼ੀ ਕੋਈ ਅਪਡੇਟ ਲੈ ਲਓ, ਇਹਨਾਂ ਕੋਲ ਤਾਂ ਰੀਸੈਂਟਲੀ ਜਿਹੜੇ ਡਾਟਾਸ ਹੁੰਦੇ ਨੇ। ਖੰਨਾ ਸਾਹਿਬ ਤੋਂ ਸਵਾਗਤ ਹੈ। ਸ਼ੁਕਰੀਆ ਮਨੀਤ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਖੰਨਾ ਸਾਹਿਬ, ਆਸਟ੍ਰੇਲੀਆ ਦਾ ਜ਼ਿਕਰ ਕਰਦੇ ਹਾਂ, ਆਪਾਂ ਪਹਿਲਾਂ ਕੈਨੇਡਾ ਬਾਰੇ ਗੱਲ ਕੀਤੀ ਸੀ, ਅੱਜ ਆਸਟ੍ਰੇਲੀਆ ਦਾ ਜ਼ਿਕਰ ਕਰ ਲਈਏ। ਜਦੋਂ ਆਪਾਂ ਗੱਲ ਕਰ ਰਹੇ ਸੀ ਹੁਣੇ ਆਫ ਦੀ ਰਿਕਾਰਡ, ਤੁਸੀਂ ਕਿਹਾ ਸੀ ਕਿ ਆਲਮੋਸਟ 100+ ਫਾਈਲਸ ਤੁਹਾਡੀ ਐਮਬੈਸੀ ਪਈਆਂ ਸੀ, ਨਤੀਜੇ ਵੀ ਆਉਣੇ ਸ਼ੁਰੂ ਹੋ ਗਏ, ਉਹਨਾਂ 'ਚੋਂ ਪੋਜ਼ਿਟਿਵ ਕਿੰਨੇ ਕੁ ਆਏ ਔਰ ਨੈਗੇਟਿਵ ਨਤੀਜੇ ਕਿੰਨੇ ਕੁ ਆਏ? ਮਨੀਤ ਜੀ, ਬਾਏ ਦਾ ਗ੍ਰੇਸ ਆਫ ਗੋਡ ਹਜੇ ਤੱਕ 100% ਰਿਜ਼ਲਟ ਹੈ ਕੋਵਿਡ ਤੋਂ ਬਾਅਦ। ਆਸਟ੍ਰੇਲੀਆ ਦਾ ਇੱਕ ਸਿੰਗਲ ਵੀਜ਼ਾ ਵੀ ਅਸੀਂ ਹਜੇ ਤੱਕ ਰਿਫਿਊਜ਼ਲ ਨਹੀਂ ਦੇਖੀ ਡਿਊਰਿੰਗ ਲਾਸਟ 3-4 ਮੰਥਸ। ਜਦੋਂ ਸਾਰੇ UK ਵੱਲ ਨੂੰ ਭੱਜੇ ਫਿਰਦੇ ਸੀ ਜਾਂ ਕੈਨੇਡਾ ਦੇ VFS ਓਪਨ ਬਾਰੇ ਤੁਰਦੇ ਪਏ ਸੀਗੇ, ਆਸਟ੍ਰੇਲੀਆ ਇੱਕ ਉਹ ਕੰਟਰੀ ਹੈ ਜਿੱਥੋਂ ਮੈਂ ਆਪਣਾ ਕਰੀਅਰ ਇਮੀਗ੍ਰੇਸ਼ਨ ਦਾ ਸ਼ੁਰੂ ਕੀਤਾ ਸੀਗਾ। ਸਭ ਤੋਂ ਪਹਿਲਾ ਵੀਜ਼ਾ ਜਿਹੜਾ ਮੈਂ ਅੱਜ ਤੱਕ ਕਿਸੇ ਦਾ ਲਿਆ ਸੀ ਆਸਟ੍ਰੇਲੀਆ ਸੀ। ਆਸਟ੍ਰੇਲੀਆ ਦੇ ਵਿੱਚ ਆਫਿਸ ਹੋਣ ਦੇ ਨਾਲ, ਸੁਮਿਤ ਦੇ ਉੱਥੇ ਹੋਣ ਨਾਲ, ਅਪਡੇਟਸ ਜਿਹੜੀਆਂ ਬਹੁਤ ਜ਼ਿਆਦਾ ਰੈਗੂਲਰਲੀ ਔਰ ਬਿਲਕੁਲ ਔਨ ਟਾਈਮ ਮਿਲਦੀਆਂ ਰਹਿੰਦੀਆਂ। ਸੋ 100% ਵੀਜ਼ਾ ਸਕਸੈਸ ਰੇਟ ਹੈ। ਜੇ ਮੈਂ ਗੱਲ ਕਰ ਲਵਾਂ ਪਿਛਲੇ 15 ਦਿਨ 'ਚ ਜਾਂ ਇਸ ਮਹੀਨੇ ਦੇ ਅੰਦਰ ਅੰਦਰ, ਹਜੇ ਤੱਕ 20-25 ਵੀਜ਼ੇ ਐਵਰੀ ਡੇ ਵੀਜ਼ਾ ਗ੍ਰਾਂਟ ਜਿਹੜੇ ਹੈਗੇ ਆ ਉਹ ਮਿਲ ਰਹੇ ਆ। ਜੇ ਤੁਸੀਂ ਬ੍ਰਾਂਚ ਵਿਜ਼ਿਟ ਕਰਦੇ ਹੋ, ਉੱਥੇ ਜਾ ਕੇ ਕਹੋ ਕਿ ਅੱਜ ਕੋਈ ਵੀਜ਼ਾ ਆਇਆ, ਅੱਜ ਦਾ ਵੀਜ਼ਾ ਦਿਖਾਓ, ਤੁਹਾਨੂੰ ਉਸ ਦਿਨ ਦਾ ਵੀਜ਼ਾ ਜਿਹੜਾ ਗ੍ਰਾਂਟ ਆਇਆ ਹੋਊਗਾ ਉਹ ਈਮੇਲ ਦੇ ਰਾਹੀਂ ਤੁਹਾਨੂੰ ਦਿਖਾ ਦਿੱਤਾ ਜਾਊਗਾ। ਸੋ ਰੈਗੂਲਰਲੀ ਫਾਈਲਸ ਅਪਡੇਟ ਕਰ ਰਹੇ ਹਾਂ, ਰੈਗੂਲਰਲੀ ਲੌਜਮੈਂਟ ਹੋ ਰਹੀ ਹੈ, COEs ਆ ਰਹੀਆਂ, ਫੀਸ ਟ੍ਰਾਂਸਫਰ ਹੋ ਰਹੀ ਹੈ ਬੱਚਿਆਂ ਦੀ। ਸੋ ਅਲਟੀਮੇਟਲੀ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਕੰਟਰੀ ਚੰਗੇ ਤਰੀਕੇ ਦੇ ਨਾਲ, ਚੰਗੇ ਪ੍ਰੋਫਾਈਲ, ਐਕਚੁਅਲੀ 'ਚ ਆਸਟ੍ਰੇਲੀਆ ਹਮੇਸ਼ਾ ਹੀ ਇੱਕ ਇੱਦਾਂ ਦੀ ਕੰਟਰੀ ਲਈ ਹੈ ਜਿਹਦਾ ਸਿਸਟਮ ਪੂਰਾ ਸਟ੍ਰੀਮਲਾਈਨਡ ਹੈ। UK ਮੰਗਰ ਨਹੀਂ ਕਿ ਅੱਜ ਚੇਂਜ ਕਰਤਾ ਅਤੇ ਸਾਰਾ ਕੁਝ ਬਦਲਤਾ ਜੀ, ਅੱਜ ਇੰਟਰਵਿਊ ਸ਼ੁਰੂ ਕੀਤੀ ਤਾਂ ਹਰ ਬੱਚੇ ਦੀ ਇੰਟਰਵਿਊ ਲੈਣੀ ਸ਼ੁਰੂ ਕਰਤੀ। ਆਸਟ੍ਰੇਲੀਅਨ ਗਵਰਨਮੈਂਟ, ਆਸਟ੍ਰੇਲੀਅਨ ਇਮੀਗ੍ਰੇਸ਼ਨ, ਦੇ ਨੋ ਵਟ ਦੇ ਡੂ, ਦੇ ਨੋ ਹਾਊ ਟੂ ਡੂ ਥਿੰਗਸ। ਸੋ ਉਸ ਚੀਜ਼ ਨੂੰ ਦੇਖ ਲਈਏ, ਜਦੋਂ ਪ੍ਰੋਫਾਈਲ ਫੜਦੇ ਹਾਂ, ਜਦੋਂ ਕੇਸ ਫੜਦੇ ਹਾਂ, ਪਹਿਲੇ ਦਿਨ ਹੀ ਪਤਾ ਹੁੰਦਾ ਕਿ ਯਾਰ 100% ਵੀਜ਼ਾ ਲੈ ਲਾਂਗੇ। ਜਿੱਥੇ ਡਾਊਟ ਹੁੰਦਾ, ਜਿੱਥੇ 1% ਵੀ ਚਾਂਸ ਲੱਗਦਾ ਕਿ ਨਹੀਂ ਮਿਲਣਾ, ਉੱਥੇ ਮਨਾ ਕਰ ਦਿੰਦਾ ਕਿ ਭਰਾ ਇਹ ਨਹੀਂ ਹੋਣਾ, ਆਸਟ੍ਰੇਲੀਆ ਦੀ ਜਗ੍ਹਾ ਕੋਈ ਹੋਰ ਕੰਟਰੀ ਸੋਚ ਲੈ। ਸੋ ਜਿੱਦੋਂ ਹੁਣ ਆਲਮੋਸਟ ਤੁਸੀਂ ਕਹਿ ਰਹੇ ਕਿ ਵੀਜ਼ੇ 100% ਆ ਰਹੇ ਨੇ, ਪ੍ਰੋਫਾਈਲ ਕਿਹੜਾ ਇਸ ਟਾਈਮ ਲੱਗਦਾ ਕਿ ਹਾਈ ਕਮਿਸ਼ਨ ਵੱਲੋਂ ਲਿਆ ਜਾ ਰਿਹਾ ਹੈ? ਕਿਉਂਕਿ 6 ਮੈਕਸੀਮਮ ਕੰਸਲਟੈਂਟ ਇਹ ਕਹਿੰਦੇ ਕਿ 6 ਬੈਂਡ ਹੋਣਗੇ ਤਾਂ ਹੀ ਆਸਟ੍ਰੇਲੀਆ ਵੱਲ ਨੂੰ ਮੂਵ ਕਰੋ। ਜੇਕਰ ਤੁਸੀਂ 2020 ਪਾਸ ਹੋ ਜਾਂ ਮੈਕਸੀਮਮ 2019 ਪਾਸ ਹੋ ਤਾਂ ਤੁਸੀਂ ਆਸਟ੍ਰੇਲੀਆ ਵੱਲ ਨੂੰ ਜਾਓ। ਕੀ ਇਸ ਤੋਂ ਥੱਲੇ ਵਾਲਾ ਬੱਚਾ ਵੀ ਜਾ ਸਕਦਾ ਜਾਂ 6 ਬੈਂਡ ਤੋਂ ਘੱਟ ਵਾਲਾ ਬੱਚਾ ਵੀ ਅਪਲਾਈ ਕਰ ਸਕਦਾ ਜਾਂ ਵੀਜ਼ਾ ਲੈ ਸਕਦਾ? ਬਿਲਕੁਲ ਕਰ ਸਕਦਾ ਜੀ। 2-3 ਪ੍ਰੋਫਾਈਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਇਹਨਾਂ 'ਚੋਂ ਤੁਸੀਂ ਐਗਜ਼ਿਸਟ ਕਰਦੇ ਹੋ, ਇਹਦੇ ਨਾਲ ਤੁਹਾਡਾ ਪ੍ਰੋਫਾਈਲ ਮੈਚ ਕਰਦਾ, ਦੈਨ ਵੀ ਵਿਲ ਪਿਕ ਦਾ ਕੇਸ, ਅਸੀਂ ਉਹ ਕੇਸ ਲਵਾਂਗੇ, ਅਸੀਂ ਲਾਵਾਂਗੇ, ਵੀਜ਼ਾ ਲੈ ਕੇ ਦੇਵਾਂਗੇ। ਸਭ ਤੋਂ ਪਹਿਲੀ ਚੀਜ਼ ਜਿਹੜੀ ਬੜੀ ਕਾਮਨ ਹੈ ਕਿ ਜੇ ਤੁਸੀਂ 2019 ਜਾਂ 2020 ਪਾਸ ਆਊਟ ਹੈਗੇ ਹੋ, ਤੁਹਾਡੇ 6 ਬੈਂਡ ਓਵਰਆਲ ਹੈਗੇ ਆ, ਕਿਸੇ ਇੱਕ 'ਚ 5.5 ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਸੀਂ 2017-18 ਪਾਸ ਆਊਟ ਹੋ, ਤੁਹਾਡੇ 6 ਬੈਂਡ ਓਵਰਆਲ ਹੈਗੇ ਆ, 1-5 5 ਹੈ, ਦੈਨ ਆਲਸੋ ਯੂ ਆਰ ਐਲੀਜੀਬਲ। ਮੈਨੂੰ ਨਾਲ ਤੁਸੀਂ ਇਹ ਦੱਸਣਾ ਤੁਸੀਂ 17-18 ਤੋਂ ਬਾਅਦ ਕੀ ਕੀਤਾ, ਉਹ ਪ੍ਰੋਫਾਈਲ ਤੁਸੀਂ ਮੇਰੇ ਨਾਲ ਬੈਠ ਕੇ ਡਿਸਕਸ ਕਰੋਗੇ। ਸੋ 17-18 ਪਾਸ ਆਊਟ ਵਾਲਾ ਬੱਚਾ ਜਿਹਨੂੰ ਆਮ ਕੰਸਲਟੈਂਟ ਕਹਿ ਦਿੰਦਾ ਕਿ ਆਸਟ੍ਰੇਲੀਆ ਨਹੀਂ ਜਾ ਸਕਦਾ, ਉਹ ਵੀ ਸਟੂਡੈਂਟਸ ਵੈਲਕਮ। ਪਲੱਸ ਟੂ ਵਾਲੇ ਬੱਚੇ ਦੀ ਗੱਲ ਕਰ ਰਹੇ ਹਾਂ ਪਹਿਲਾਂ। ਸੋ ਇਹਦੇ ਵਿੱਚ ਜੇ ਆ ਗਏ ਹੁਣ 5.5 ਬੈਂਡ 'ਤੇ, ਕਿ ਜੇ ਕਿਸੇ ਦੇ 5.5 ਬੈਂਡ ਨੇ, 19 ਪਾਸ ਆਊਟ ਹੋ, 20 ਪਾਸ ਆਊਟ ਹੋ, 5.5 ਬੈਂਡ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ। ਸ਼ਰਤ ਇੱਕੋ ਹੀ ਹੈ, ਜੇ ਤੁਸੀਂ ਪੰਜਾਬ ਬੋਰਡ ਤੋਂ ਪੜ੍ਹੇ ਹੋ, ਤੁਹਾਡੀ 12ਵੀਂ 'ਚ ਮੈਨੂੰ 65% ਨੰਬਰ ਚਾਹੀਦੇ ਆ। ਜੇ ਤੁਸੀਂ CBSE ICSE ਬੋਰਡ ਤੋਂ ਪੜ੍ਹੇ ਹੋ ਤਾਂ 60% ਮਾਰਕਸ ਚਾਹੀਦੇ ਨੇ। 2019 ਪਾਸ ਆਊਟ, 2020 ਪਾਸ ਆਊਟ, 5.5 ਬੈਂਡ ਦੇ ਨਾਲ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਹੁਣ ਆ ਜਾਂਦੇ ਹਾਂ ਗ੍ਰੈਜੂਏਟ ਵੱਲ। ਤੁਸੀਂ 2014-15-16-17-18-19-20 ਕਿਸੇ ਵੀ ਸਾਲ ਪਾਸ ਆਊਟ ਹੋ, 6 ਬੈਂਡ ਹੈਗੇ ਆ, ਯੂ ਆਰ ਐਲੀਜੀਬਲ ਟੂ ਅਪਲਾਈ ਫੋਰ ਆਸਟ੍ਰੇਲੀਆ ਸਟੂਡੈਂਟ ਵੀਜ਼ਾ। ਜੇ ਗ੍ਰੈਜੂਏਟ ਹੋ 19-20, 18-19-20 ਤਿੰਨੋਂ ਸਾਲਾਂ 'ਚ ਕਿਸੇ ਵੀ ਸਾਲ ਗ੍ਰੈਜੂਏਟ ਹੋ, 5.5 ਈਚ ਹੈਗੇ ਆ, ਓਵਰਆਲ 5.5 ਹੈਗੇ ਆ,
ਤਾਂ ਵੀ ਤੁਸੀਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ 5.5 ਬੈਂਡ 'ਤੇ ਜਿੱਥੇ ਸਾਰੇ ਮਨਾ ਕਰਦੇ ਆ ਕਿ ਨਹੀਂ ਜੀ ਵੀਜ਼ਾ ਨਹੀਂ ਲੱਗਣਾ, 5.5 ਬੈਂਡ 'ਤੇ ਵੀ ਤੁਸੀਂ ਐਲੀਜੀਬਲ ਹੋ, ਬਟ ਉਹਦੇ ਵਿੱਚ ਸਿਰਫ 19 ਔਰ 20 ਪਾਸ ਆਊਟ ਪਲੱਸ 2 ਵਿਦ ਪਰਸੈਂਟੇਜ ਔਫ 65% ਇਨ ਸਟੇਟ ਬੋਰਡ ਐਂਡ 60% ਇਨ ਸੈਂਟਰ ਬੋਰਡ। ਜੇ ਤੁਹਾਡਾ ਪ੍ਰੋਫਾਈਲ ਹੈਗਾ ਆਪਣੇ ਡਾਕੂਮੈਂਟ ਚੁੱਕੋ, ਸਾਡੇ ਆਫਿਸ ਵਿਜ਼ਿਟ ਕਰ ਲਓ, ਬਹਿ ਕੇ ਪ੍ਰੋਫਾਈਲ ਡਿਸਕਸ ਕਰ ਲਓ, ਅਸੀਂ ਤੁਹਾਡਾ ਵੀਜ਼ਾ ਲੈ ਕੇ ਦੇਵਾਂਗੇ, 100% ਵੀਜ਼ਾ ਲੈ ਕੇ ਦੇਵਾਂਗੇ। 5.5 ਬੈਂਡ ਦੀ ਤੁਸੀਂ ਗੱਲ ਕਰ ਰਹੇ ਹੋ, 5.5 ਈਚ ਵਾਲੇ ਬੱਚੇ ਜਿਹੜੇ ਅਪਲਾਈ ਕਰ ਸਕਦੇ ਜੀ। ਨੰਬਰ ਤੁਸੀਂ ਕਹਿ ਤੇ ਕਿ ਜੇਕਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪਾਸ ਹੈ ਤਾਂ 65% ਨੰਬਰ ਚਾਹੀਦੇ ਆ, ਜੇਕਰ ਸੈਂਟਰ ਬੋਰਡ ਤੋਂ ਪਾਸ ਹੈ CBSE ਤੋਂ ਪਾਸ ਹੈ ਤਾਂ 60% ਵਿੱਚ ਲਾ ਲਓਗੇ ਜੀ। ਇਹ ਤਾਂ ਓਵਰਆਲ ਦੀ ਗੱਲ ਹੋ ਗਈ ਨਾ ਜੀ। ਜਿਹੜੇ ਕੋਰ ਸਬਜੈਕਟ ਦੀ ਗੱਲ ਕਰ ਲਈਏ, ਫੋਰ ਐਗਜ਼ਾਮਪਲ ਬੱਚਾ ਫਿਜ਼ਿਕਸ ਕੈਮਿਸਟਰੀ ਮੈਥ ਪੜਿਆ ਹੋਇਆ ਹੈ, ਉਹਦੇ ਕੋਰ ਸਬਜੈਕਟ ਵੀ ਮੈਟਰ ਕਰਨਗੇ ਜਾਂ ਫਿਰ ਉਹਦੇ ਓਵਰਆਲ 65% ਹੋਣਗੇ ਤੁਸੀਂ ਚਲਾ ਲਓਗੇ? ਦੇਖੋ, ਇੱਕ ਮੇਜਰ ਚੀਜ਼ ਜਿਹੜੀ ਹੈਗੀ ਹੈ, ਜੇ ਓਵਰਆਲ 65% ਹੈਗੇ ਨਾ ਤਾਂ ਕੋਰ ਸਬਜੈਕਟਸ ਦੇ ਵਿੱਚ ਕੋਈ 2-4 ਨੰਬਰ ਘੱਟ ਵੀ ਨੇ, 60 ਤੱਕ ਵੀ ਤੁਸੀਂ ਐਂਡ ਅਪ ਕਰਦੇ ਹੋ, ਦੈਨ ਆਲਸੋ ਇਟ ਇਜ਼ ਐਕਸੈਪਟੇਬਲ। ਸਭ ਤੋਂ ਵੱਡੀ ਪ੍ਰੋਬਲਮ ਆਸਟ੍ਰੇਲੀਆ ਦੇ ਵਿੱਚ ਕੀ ਹੈ, ਉਹ ਹੈਗੀ ਹੈ ਆਰਟਸ ਸਟੂਡੈਂਟਸ ਦੀ। ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਜੇ ਤੁਹਾਡੇ ਕੋਲ 4 ਅਕੈਡਮਿਕ ਸਬਜੈਕਟ ਨਹੀਂ ਨਾ ਹੈਗੇ ਤਾਂ ਆਰਟਸ ਵਾਲੇ ਬੱਚੇ ਦੇ 7 ਬੈਂਡ ਵੀ ਹੋਣ ਤਾਂ ਵੀ ਉਹਦਾ ਸੌਖਾ ਵੀਜ਼ਾ ਨਹੀਂ ਆਉਂਦਾ, ਕਿਉਂਕਿ ਯੂਨੀਵਰਸਿਟੀਜ਼ ਕਾਲਜਸ ਐਡਮਿਸ਼ਨ ਨਹੀਂ ਦਿੰਦੀਆਂ ਤੁਹਾਨੂੰ ਬਿਨਾਂ ਅਕੈਡਮਿਕ ਸਬਜੈਕਟਸ ਦੇ। ਜਦੋਂ ਮੈਂ ਅਕੈਡਮਿਕ ਸਬਜੈਕਟਸ ਕਹਿੰਦਾ, ਕੀ ਸਬਜੈਕਟਸ ਮੈਂ ਛੱਡ ਰਿਹਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਫਿਜ਼ੀਕਲ ਐਜੂਕੇਸ਼ਨ ਤੁਹਾਡਾ ਅਕੈਡਮਿਕ ਨਹੀਂ ਹੈਗਾ, ਠੀਕ ਹੈ, ਹੋਮ ਸਾਇੰਸ ਤੁਹਾਡਾ ਉਹ ਨਹੀਂ ਹੈਗਾ, ਇਲੈਕਟਿਵ ਇੰਗਲਿਸ਼, ਇਲੈਕਟਿਵ ਪੰਜਾਬੀ ਜਿਹੜੇ ਤੁਹਾਡੇ ਹੈਗੇ, ਮਤਲਬ ਲੈਂਗੁਏਜ ਜਿਹੜੀ ਹੈਗੀ ਹੈ ਜਨਰਲ ਇੰਗਲਿਸ਼ ਜਾਂ ਇਲੈਕਟਿਵ ਪੰਜਾਬੀ, ਇਹ ਤੁਹਾਡੇ ਉਹ ਅਕੈਡਮਿਕ ਸਬਜੈਕਟਸ ਨਹੀਂ ਹੈਗੇ। ਸੋ ਇੱਦਾਂ ਦੇ ਸਬਜੈਕਟਸ ਦੇ ਵਿੱਚ ਜੇ ਤੁਸੀਂ ਨਹੀਂ ਪੜ੍ਹੇ, ਇਕਨੋਮਿਕਸ ਹੈ ਬਹੁਤ ਵਧੀਆ ਗੱਲ ਹੈ, ਅਕਾਊਂਟਸ ਪੜ੍ਹੇ ਹੋਏ ਬਹੁਤ ਚੰਗੀ ਗੱਲ ਹੈਗੀ ਹੈ, ਪੋਲੀਟੀਕਲ ਸਾਇੰਸ ਵੀ ਅਕਾਊਂਟ ਹੁੰਦਾ, ਹਿਸਟਰੀ ਵੀ ਅਕਾਊਂਟ ਹੁੰਦਾ, ਸੋ ਇਹ ਸਬਜੈਕਟ ਅਕਾਊਂਟ ਹੁੰਦੇ ਆ। ਜਿਹੜੇ ਸਬਜੈਕਟਾਂ ਦੀ ਕੋਈ ਵੈਲਿਊ ਹੈ, ਨੋਨ ਅਕੈਡਮਿਕ ਸਬਜੈਕਟ ਤੁਸੀਂ ਪੜ੍ਹੇ ਹੋ, ਉਹ ਵੀਜ਼ਾ ਨਹੀਂ ਅਪਲਾਈ ਹੋਣਾ। ਓਵਰਆਲ ਜਿਹੜੇ 4 ਸਬਜੈਕਟਸ ਨੇ ਉਹਦੇ ਵਿੱਚ ਵੀ ਪਰਸੈਂਟੇਜ ਉੱਥੇ ਕੀ ਹੈ, ਬਟ ਜੇ ਓਵਰਆਲ 65% ਹੈਗੀ ਹੈ 4 ਅਕੈਡਮਿਕਸ ਦੇ ਵਿੱਚ, 60 ਤੱਕ ਵੀ ਬਣਦੀ ਹੈ, ਜਿੱਦਾਂ ਮਨੀਸ਼ ਜੀ ਨੇ ਕਿਹਾ ਫਿਜ਼ਿਕਸ ਕੈਮਿਸਟਰੀ ਮੈਥ ਪੜ੍ਹਿਆ ਜਾਂ ਫਿਜ਼ਿਕਸ ਕੈਮਿਸਟਰੀ ਬਾਇਓ ਪੜ੍ਹਿਆ, ਦੈਨ ਆਲਸੋ ਇਟ ਇਜ਼ ਐਕਸੈਪਟ। ਇਹ 4 ਸਬਜੈਕਟ ਨੂੰ ਮਿਲਾ ਕੇ ਤੁਸੀਂ 60% ਗਿਣਦੇ ਹੋ ਜਾਂ ਈਚ ਸਬਜੈਕਟ 60% ਹੋਣੇ ਚਾਹੀਦੇ? ਫੋਰ ਐਗਜ਼ਾਮਪਲ ਇੱਕ ਬੱਚੇ ਨੇ ਫਿਜ਼ਿਕਸ ਪੜ੍ਹੀ ਹੈ, ਜੇ ਉਹਦੇ 58 ਨੰਬਰ ਫਿਜ਼ਿਕਸ ਆ, ਕੈਮਿਸਟਰੀ ਪੜ੍ਹੀ ਆ ਉਹਦੇ ਵਿੱਚੋਂ 62 ਜਾਂ 63 ਨੰਬਰ ਆ, ਇਹ ਦੋਵੇਂ ਮਿਲਾ ਕੇ 60% ਬਣ ਜਾਣਗੇ? ਐਗਜ਼ੈਕਟਲੀ, ਦੋਨੋਂ ਮਿਲਾ ਕੇ ਓਵਰਆਲ ਪਰਸੈਂਟੇਜ 65, ਓਵਰਆਲ ਪਰਸੈਂਟੇਜ 60, ਕਿਉਂਕਿ ਦੇਖੋ ਆਸਟ੍ਰੇਲੀਆ ਦੇ ਵਿੱਚ ਇੱਕ ਮੇਨ ਚੀਜ਼ ਕੀ ਹੈ ਕਿ ਹਰ ਯੂਨੀਵਰਸਿਟੀ ਦਾ ਕ੍ਰਾਈਟੀਰੀਆ ਵੱਖਰਾ ਹੈ। ਇਹਦੇ ਵਿੱਚ ਅੰਬੈਸੀ ਤੱਕ ਪਹੁੰਚਣ ਤੋਂ ਪਹਿਲਾਂ ਜਿਹੜੀ ਸਭ ਤੋਂ ਪਹਿਲੀ ਲੜਾਈ ਹੈ ਨਾ, ਉਹ ਯੂਨੀਵਰਸਿਟੀ ਦਾ GTE ਕਲੀਅਰ ਕਰਨ ਚਾਹੁੰਦੀ ਹੈ, ਜੈਨੂਇਨ ਟੈਂਪਰੇਰੀ ਐਂਟਰੈਂਟ ਕ੍ਰਾਈਟੀਰੀਆ ਜਿਹੜਾ ਯੂਨੀਵਰਸਿਟੀ ਦਾ। ਹਰ ਯੂਨੀਵਰਸਿਟੀ ਦੀ ਆਪਣੀ ਮਰਜ਼ੀ ਹੈ, ਹਰ ਯੂਨੀਵਰਸਿਟੀ ਦਾ ਆਪਣਾ ਸਿਸਟਮ, ਆਪਣੇ ਪ੍ਰੋਟੋਕੋਲਸ, ਆਪਣੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹਦੇ ਬੇਸ ਦੇ ਉੱਤੇ ਬੱਚੇ ਨੂੰ ਐਡਮਿਸ਼ਨ ਦਿੰਦੀ ਹੈ। ਸੋ ਕੋਈ ਯੂਨੀਵਰਸਿਟੀ ਹਰ ਅਕੈਡਮਿਕ ਸਬਜੈਕਟ ਦੀ ਪਰਸੈਂਟੇਜ ਵਾਰੀ ਵਾਰੀ ਮੰਗਦੀ ਹੈ, ਕੋਈ ਯੂਨੀਵਰਸਿਟੀ ਓਵਰਆਲ 65% ਮੰਗਦੀ ਹੈ ਜਾਂ 60% ਮੰਗਦੀ ਹੈ। ਸੋ ਜਦੋਂ ਤੁਸੀਂ ਆਪਣੇ ਡਾਕੂਮੈਂਟ ਦੇਖੋ, UK ਦੇ ਵਿੱਚ ਹੁਣ ਪਿੱਛੇ ਜੇ ਕੀ ਹੋਇਆ ਜਾਂ ਕੈਨੇਡਾ ਦੇ ਵਿੱਚ ਕੀ ਹੋਇਆ ਕਿ ਹਰ ਬੰਦੇ ਨੂੰ ਇੱਕੋ ਹੀ ਪਾਸੇ ਬੰਨ ਕੇ ਉੱਧਰ ਨੂੰ ਤੋਰ ਦਿੰਦਾ ਕਿ ਚਲੋ ਜੀ ਇੱਧਰ ਨੂੰ ਤੁਰੀ ਜਾਓ, ਆਸਟ੍ਰੇਲੀਆ ਇੱਦਾਂ ਬਿਲਕੁਲ ਨਹੀਂ ਹੈਗਾ। ਔਰ ਇਹੀ ਰੀਜ਼ਨ ਹੈ ਕਿ ਬਹੁਤ ਸਾਰੇ ਕੰਸਲਟੈਂਟ ਆਸਟ੍ਰੇਲੀਆ ਨੂੰ ਹੱਥ ਪਾਉਣ ਤੋਂ ਵੀ ਡਰਦੇ ਨੇ ਕਿ ਯਾਰ ਕੌਣ ਇੰਨੀ ਮਿਹਨਤ ਕਰੂਗਾ, ਕੌਣ ਇਹਦੀਆਂ GTAਂ ਕਢਾਊਗਾ, ਕੌਣ ਸਾਰੇ ਡਾਕੂਮੈਂਟ ਦੀਆਂ ਵੈਰੀਫਿਕੇਸ਼ਨਾਂ ਕਰਾਊਗਾ। ਸੋ ਹਰ ਕੇਸ ਵੱਖਰੇ ਲੈਵਲ 'ਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਕਾਊਂਟ ਹੁੰਦਾ। ਇਨਫੈਕਟ ਸਾਡੇ ਆਫਿਸ ਦੇ ਵਿੱਚ ਵੀ ਜਦੋਂ ਮੈਂ ਕੈਨੇਡਾ ਦੀਆਂ ਡਾਕੂਮੈਂਟਸ ਜਾਂ ਪ੍ਰੋਫਾਈਲਸ ਦੇਖਦਾ ਜਾਂ ਕੇਸਿਸ ਦੇ ਬਾਰੇ ਗੱਲ ਕਰਦਾ, ਤਾਂ ਮੈਂ ਵੀ ਓਵਰਆਲ ਗੱਲ ਕਰ ਲੈਂਦਾ ਜੀ ਕਿ ਆਹ 200 ਕੇਸ ਹੈਗਾ ਜੀ, ਇਹ 'ਚੋਂ 100 ਇੱਥੇ ਚਲ ਗਿਆ, 100 ਅਪਲਾਈ ਹੋ ਗਿਆ, 100 ਅੰਬੈਸੀ 'ਚ ਰਹਿ ਗਿਆ। ਸੋ ਉਸ ਤਰੀਕੇ ਨਾਲ ਆਸਟ੍ਰੇਲੀਆ ਇਕੱਲੇ ਇਕੱਲੇ ਬੱਚੇ ਦੇ ਨਾਮ ਦੇ ਉੱਤੇ ਡਿਸਕਸ਼ਨ ਹੁੰਦੀ ਹੈ ਕਿ ਇਸ ਫਲਾਣੇ ਦਾ ਕੇਸ ਹੁਣ ਕਿੱਥੇ ਹੈ, ਕਿਹੜੀ ਯੂਨੀਵਰਸਿਟੀ 'ਚ ਅਪਲਾਈਡ ਹੈ, GTE ਦੇ ਕਿਹੜੇ ਡਾਕੂਮੈਂਟ ਚਲੇ ਗਏ, ਕਿਹੜੇ ਰਹਿ ਗਏ, ਕਦੋਂ ਤੱਕ COE ਆ ਜਾਊਗੀ, ਅਨਕੰਡੀਸ਼ਨਲ ਆਫਰ ਲੈਟਰ ਆ ਗਈ ਹੈ। ਸੋ ਵਾਰੀ ਵਾਰੀ ਇਕੱਲੇ ਇਕੱਲੇ ਬੱਚੇ ਦੇ ਉੱਤੇ, ਇਕੱਲੇ ਇਕੱਲੇ ਸਟੂਡੈਂਟ ਦੇ ਉੱਤੇ ਵਾਰੀ ਵਾਰੀ ਡਿਸਕਸ਼ਨ ਹੁੰਦੀ ਹੈ, ਤਾਂ ਉਹ ਕੇਸ ਥਰੂ ਹੁੰਦਾ ਜੀ। ਜੀ, ਸੋ ਆਸਟ੍ਰੇਲੀਆ ਸਟੱਡੀ ਵੀਜ਼ਾ 'ਤੇ ਜਾਣ ਵਾਲੇ ਬੱਚੇ ਜਿਹੜੇ ਨੇ ਖਾਸ ਸ਼ੋਅ ਵੱਲ ਧਿਆਨ ਦੇਣ, ਓਮ ਗਲੋਬਲ ਆਸਟ੍ਰੇਲੀਆ ਵੀਜ਼ਾ ਨੂੰ ਲੈ ਕੇ ਮੁਹਾਰਤ ਰੱਖਦੇ ਨੇ। ਆਸਟ੍ਰੇਲੀਆ ਜਿਹੜੇ ਇਹਨਾਂ ਦੇ ਮਾਰਾ ਲੋਇਰ ਨੇ, ਇਹਨਾਂ ਦੇ ਪੈਨਲ 'ਤੇ ਨੇ, ਈਵਨ ਪੁਨੀਤ ਖੰਨਾ ਜੀ ਦੇ ਬ੍ਰਦਰ ਜਿਹੜੇ ਨੇ ਮਾਰਾ ਲੋਇਰ ਨੇ, ਜੋ ਇਹਨਾਂ ਦੇ ਕੇਸਿਸ ਦੀ ਨਿਗਰਾਨੀ ਕਰਦੇ ਨੇ, ਆਪਣੀ ਦੇਖ ਰੇਖ ਦੇ ਵਿੱਚ ਕੇਸਿਸ ਅਪਲਾਈ ਕਰਦੇ ਨੇ। ਸ਼ਾਇਦ ਇਹੀ ਕਾਰਨ ਹੈ ਕਿ ਹਾਲੇ ਤੱਕ ਪਿਛਲੇ ਜੇ ਕੋਵਿਡ ਦੀ ਗੱਲ ਕਰ ਲਈਏ ਤਾਂ ਕੋਵਿਡ ਤੋਂ ਬਾਅਦ 3-4 ਮਹੀਨੇ ਹੋ ਗਏ, 100% ਸਕਸੈਸ ਰੇਟ ਚੱਲ ਰਿਹਾ ਆਸਟ੍ਰੇਲੀਆ ਦਾ। ਸੋ ਇਹ ਬਹੁਤ ਪੋਜ਼ਿਟਿਵ ਪੁਆਇੰਟ ਉਹਨਾਂ ਬੱਚਿਆਂ ਲਈ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ। ਕਹਿੰਦਾ ਸਰ ਪੋਜ਼ਿਟਿਵ ਪੁਆਇੰਟ, ਮੈਂ ਖੁਦ ਕਿਹਾ ਹੈਗਾ, ਪਰ ਅਲਟੀਮੇਟਲੀ ਬੱਚਾ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਸ਼ੱਕੀ ਹੋ ਜਾਂਦਾ ਕਿ ਬੱਚਾ ਟਰੈਵਲ ਨਹੀਂ ਕਰ ਪਾ ਰਿਹਾ, ਹਜੇ ਸੁਣਿਆ ਨਹੀਂ ਕਿ ਬੱਚਾ ਕੋਲ ਟਰੈਵਲ ਕਰੂਗਾ, ਟਰੈਵਲ ਰਿਸਟ੍ਰਿਕਸ਼ਨਸ ਨੇ। ਸੋ ਬੱਚਾ ਆਸਟ੍ਰੇਲੀਆ ਲਈ ਤੁਹਾਡੇ ਕੋਲ ਆਵੇ, ਕੇਸ ਲੈ ਕੇ, ਵੀਜ਼ਾ ਲੈ ਕੇ, ਤਾੜੀਆਂ ਮਾਰ ਕੇ, ਲੱਡੂ ਵੰਡ ਲੈ, ਵੀਜ਼ਾ ਆ ਗਿਆ, ਬਟ ਬੱਚਾ ਟਰੈਵਲ ਤਾਂ ਕਰ ਹੀ ਨਹੀਂ ਪਾ ਰਿਹਾ। ਬਿਲਕੁਲ ਸਹੀ ਗੱਲ ਹੈ। ਦੇਖੋ, ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਜਿਹੜੀ ਸਮਝਣ ਦੀ ਲੋੜ ਹੈਗੀ ਹੈ ਨਾ, ਉਹ ਇਹ ਹੈਗੀ ਹੈ ਕਿ ਜਿੰਨੀ ਲੋੜ ਤੁਹਾਨੂੰ ਟਰੈਵਲ ਕਰਨ ਦੀ ਹੈ,
2020 साल का जिहड़ा घाटा है आस्ट्रेलियन यूनिवर्सिटीज़ नूं 10,000 करोड़ रुपए का नुकसान है इंटरनेशनल स्टूडेंट ना आन करके, विच इज 20 बिलियन डॉलर। 20 बिलियन डॉलर का जिहड़ा घाटा है, सरकार वालों भी यूनिवर्सिटियां बंद नहीं कीतिया जा सकदियां, यूनिवर्सिटियां बैंकरप्सी वाल नहीं जा सकदियां, अल्टीमेटली उन्हां नूं सरवाइव करन लई भी तुहाडी लोड़ हैगी है। सो एक कोविड की वैक्सीन आप सुन ली कि दो कंपनियां वालों वैक्सीन भी आनी शुरू होगी, वैक्सीन का सक्सैस भी 95% है। सो बॉर्डरस कदों खुलने हैं, ट्रैवल कदों खुलना है, नोबडी नोज, बट इट इज एनी टाइम नाउ। कैनेडा का हमेशा तो ही चलता सी पता नहीं कदों VFS खुलने हैं, पता नहीं कदों खुलने, एकदम अनाउंसमेंट करती उन्होंने कि कल तो VFS खोलेंगे। सो इसे तरीके दे नाल ऑस्ट्रेलिया ने भी अनाउंसमेंट करनी है। मेरी परसों चौथ किसी नाल गल हो रही थी ऑस्ट्रेलिया किसी कॉलेज वाले नाल, तो उदा कहना यह सीगा कि भाजी जे अगले 6 महीने तक होर इन्होंने ना खोले तो अद्धे प्राइवेट कॉलेज, गवर्नमेंट टेफ्स, यूनिवर्सिटीज अद्धे सड़क पर आ जाएंगे, उन्होंने को पैसे नहीं है, गवर्नमेंट उन्होंने बेल आउट पैकेज दे के पैसे दे के सरवाइव कराऊगी। सो ट्रैवल किसी भी टाइम किसी भी दिन अनाउंस हो सकता है, जो उन्होंने लगा कि थोड़ा बहुत कंट्रोल है। अज की गल ये कि मैं सवेरे पढ़ रहा है कि विक्टोरिया दे विच जो कि उन्होंने सब तो हाईली डेंसली पॉपुलेटेड एरिया जिते मेलबर्न पैंदा, विक्टोरिया दे विच पिछले 10 दिन तो एक भी कोविड केस नहीं है। सो बहुत केयरफुल होकर बहुत प्रीकॉशियस होकर ऑस्ट्रेलिया चल रहा है, और इदा नहीं है कैनेडा मंगर कभी 2 वीजा सिस्टम कर दो, AIP कर दो, ये कर दो, वो कर दो। अज की डेट के उन्होंने सिस्टम सीधा वीजा अपलाई करो, वीजा ले लो, जो ट्रैवल रिस्ट्रिक्शन हटूगी उदो तुम ट्रैवल कर जो। और सब तो चंगी चीज ये नोट करने वाली की है, हो सकता जो ट्रैवल रिस्ट्रिक्शन खुलन उदो वीजे के उत्ते थोड़ी सख्ती हो जाए। अज की डेट के मैं तुम दस रहा कि पिछले 3-4 महीनों 100% सक्सैस रेट है। जे साढ़े 100 रिजल्ट आए हैं तो 100 दे 100 वीजे ने एक भी स्टूडेंट का वीजा रिफ्यूज नहीं होया ऑस्ट्रेलियन इमीग्रेशन वालों। चलो असी केस भी फिल्टर करके चुकते हैं या कुछ भी करते हैं, बट उस सारी फिल्टरेशन तो बाद भी अल्टीमेटली तो अथॉरिटी वीजा ऑफिसर को एम्बेसी को ना वीजा देने की या रिफ्यूज करने की, वो अथॉरिटी के बावजूद भी वीजा 100% है। सो अज अपलाई। और मनीष जी सब तो मेन गल जी कली कंट्री है जिहड़ी अपने वीजे नूं ऑनर करदी है। अज तक तुसीं सारे ने देख लिया कि UK की करता, वीजा दिता बच्चे नूं, बच्चा दिल्लियों एयरपोर्ट तो नहीं चढ़न दिंदे, वीजा देता बच्चे नूं UK एयरपोर्ट ते जाके हरासमेंट हुंदी है, फिर उहदी दुबारा इंटरव्यू हुंदी, 4-4 वारी बच्चा इंटरव्यू दिंदा, जे उहनूं कुछ आंदा भी है तां भी उहदे दिमाग चों निकल जांदा कि यार किन्नी क वारी कित्थे कित्थे जवाब देई जावां, और उह नर्वसनैस हो जांदी। ऑस्ट्रेलियन कंट्री दे विच ऑस्ट्रेलियन इमीग्रेशन दा अज तक दा रिकॉर्ड है कि जे उन्होंने किसी नूं वीजा दिता, उन्होंने अपना दिता होया वीजा उहदी इज्जत मान करदे आ कि जे बंदा ऑस्ट्रेलिया पहुंचदा उहनूं बड़े प्यार दे नाल ध्यान दे नाल उहनूं उस कंट्री दी एंट्री मिलदी है विद रूल्स एंड रेगुलेशन कि भाई तू आ पढ़ इत्थे। कोई इदा का नहीं है कि दिल्ली चढ़न नहीं दिता जी। तुम अंबरसर एयरपोर्ट से UK वाले की करते वखरा कर देंगे, बच्चे पुछते हैं आयल्स की है, हाँ जी की, चल तू इधर हो जा, आयल्स की नहीं की चल तू इधर हो जा, जिन्हें नहीं की उन्होंने उत्थे वापस भेज देंगे। सो इस तरह दीजा ऑस्ट्रेलिया नहीं होंगे। जो तुम बैचलर भी जाना 3.5 साल का वीजा मिलता, मास्टर्स भी जाना 2.5 साल का वीजा मिलता। सो की तुम लगता इन्नी देर ट्रैवल रिस्ट्रिक्शन रहनगिया? सो यू विल डेफिनेटली ट्रैवल, वो वीजा ले लिया ऑस्ट्रेलिया किसी भी तरीके ट्रैवल कर नहीं रोकूगा जी। सो कहना एक चीज होर दसो, इतने जो बच्चों का गैप पै गया, कहते 2014 तो बाद 2014 च किसी ने ग्रेजुएशन की है तो वह अगर अप्लाई कर सकते, पर प्रॉब्लम कितने आ जाती है? प्रॉब्लम दो सवाल मेरे को ने। एक सवाल है कि इन्ने गैप के बच्चे ने दसता कि मैं आता तुम ला के फाइल मैसेज भेज दोगे, मुद्दा की है उन्होंने जस्टिफाई करने लिए अकाउंट के सैलरीज नहीं आदि। सो जिस बच्चे की अकाउंट सैलरी नहीं आती कि वह भी ऑस्ट्रेलिया लिए अपलाई कर सकता? बिल्कुल डेफिनेटली कर सकता जी। ये कि किताब से लिखा कि जे मैं कितने जॉब करता तो मैं सैलरी अकाउंट चाहिए? बहुत सारे एजेंट्स आगे कहते हैं कि सैलरी अकाउंट ही होनी चाहिए। नहीं जी, काम करने का तरीका जिन्हों समझ लगती है वह करी जाता, जिन्होंने नहीं समझ लगती वह कितने ना कि बहाने मारता कि सैलरी अकाउंट के दिखाओ फलानी चीज दो जी, ये दो जी, वो दो जी। सो अल्टीमेटली यस, डॉक्यूमेंटेशन बहुत ज्यादा चाहिए होंगी, और डॉक्यूमेंट पूरी करके यूनिवर्सिटी GT थ्रू कर दो, डॉक्यूमेंट पूरी करके एम्बेसी दें। रीसेंट की गल है, परसों की गल है, इमीग्रेशन वालों एक मेल आई है, एक स्टूडेंट की फाइल लॉस्ड है, उन्होंने उसके बड़ा क्लीयर मंगया कि GT असैसमेंट डॉक्यूमेंट्स दे दो सानू। और GT असैसमेंट डॉक्यूमेंट्स कादे बारे मंगे? 3 साल की कुड़ी ने GNM की हुई है, उस तो बाद 3 साल का एक्सपीरियंस है, और 3 साल के एक्सपीरियंस के डॉक्यूमेंट मंगते पे, चाहे वो अपॉइंटमेंट लैटर हो जाए, सैलरी स्लिप्स हो जाए। सो कई चीज़ें इदा दी
ਜ਼ਰੂਰੀ ਨਹੀਂ, ਔਰ ਉਸ ਕੁੜੀ ਦੀ ਵੀ ਸੈਲਰੀ ਉਹਦੇ ਅਕਾਊਂਟ 'ਚ ਨਹੀਂ ਆਉਂਦੀ, 10,000 ਰੁਪਏ ਉਹਦੀ ਤਨਖਾਹ ਹੈ, ਦੱਸੋ ਕਿਹੜਾ ਹਸਪੀਟਲ ਹੈ ਜਾਂ ਕਿਹੜਾ ਨਰਸਿੰਗ ਹੋਮ ਇੱਥੇ ਜਿਹੜਾ ਅਕਾਊਂਟ ਦੇ ਵਿੱਚ 10,000 ਸੈਲਰੀ ਦੇ ਦਿੰਦਾ। ਇਨਕਮ ਟੈਕਸ ਰਿਟਰਨ ਉਹ ਨਹੀਂ ਭਰਦੀ, ਕਿਉਂ ਨਹੀਂ ਭਰਦੀ? ਕਿਉਂਕਿ ਉਸ ਸਲੈਬ 'ਚ ਨਹੀਂ ਆਉਂਦੀ ਜਿੱਥੇ ਉਹਨੇ ਰਿਟਰਨ ਭਰਨੀ। ਬਟ ਦੇਰ ਆਰ ਅਦਰ ਵੇਜ਼ ਆਲਸੋ, ਅਦਰ ਡਾਕੂਮੈਂਟਸ ਆਲਸੋ ਜਿਹੜੇ ਉਸ ਇਮੀਗ੍ਰੇਸ਼ਨ ਨੂੰ ਪ੍ਰੋਵਾਈਡ ਹੋਣਗੇ, ਉਸ ਕੁੜੀ ਦਾ ਡੈਫੀਨੇਟ ਹੈਗਾ ਸਾਨੂੰ ਅਸੀਂ ਵੀਜ਼ਾ ਲੈ ਲਾਂਗੇ ਜੀ। ਸੋ ਆਸਟ੍ਰੇਲੀਆ ਜਾਣ ਵਾਲੇ ਬੱਚੇ ਇਸ ਨੰਬਰ ਨੂੰ ਜ਼ਰੂਰ ਨੋਟ ਕਰੋ ਜਿਹੜਾ ਅਸੀਂ ਬਾਰ ਬਾਰ ਟੀਵੀ ਸਕ੍ਰੀਨ 'ਤੇ ਚਲਾ ਰਹੇ ਹਾਂ, ਕਿਉਂਕਿ ਕੋਵਿਡ ਤੋਂ ਬਾਅਦ ਹੁਣ ਅਸੀਂ ਇਸ ਟੀਵੀ 'ਤੇ ਲਾਈਵ ਹੋਣਾ ਸ਼ੁਰੂ ਹੋਏ ਹਾਂ, ਆਉਣਾ ਸ਼ੁਰੂ ਹੋਏ ਹਾਂ, ਕਿਉਂਕਿ ਕਨੇਡਾ, ਆਸਟ੍ਰੇਲੀਆ, ਯੂਕੇ, ਅਮਰੀਕਾ ਬਹੁਤ ਬੱਚੇ ਜਾਣਾ ਚਾਹੁੰਦੇ ਨੇ, ਪਰ ਇਸ ਮੰਚ ਤੋਂ ਉਹਨਾਂ ਨੂੰ ਜਾਣਕਾਰੀ ਨਹੀਂ ਮਿਲ ਪਾ ਰਹੀ ਸੀ, ਕਿਉਂਕਿ ਕੋਵਿਡ ਦੀ ਗਾਈਡਲਾਈਨਸ ਨੂੰ ਅਸੀਂ ਵੀ ਫੋਲੋ ਕਰ ਰਹੇ ਸੀ ਔਰ ਗੈਸਟ ਨੂੰ ਅਸੀਂ ਸਟੂਡੀਓ ਵਿੱਚ ਨਹੀਂ ਬੁਲਾ ਪਾ ਰਹੇ ਸੀ। ਪਰ ਹੁਣ ਪਿਛਲੀ ਵਾਰ ਕੈਨੇਡਾ ਜਾਣ ਵਾਲੇ ਬੱਚਿਆਂ ਦੀ ਗੱਲ ਕੀਤੀ ਔਰ ਬਹੁਤ ਵੱਡਾ ਰਿਸਪੋਂਸ ਮਿਲਿਆ। ਅੱਜ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ, ਜਿਹੜੇ ਬੱਚੇ ਸਿੰਗਲ ਜਾਂ ਸਪਾਊਸ ਕੇਸਿਸ 'ਤੇ ਅਪਲਾਈ ਕਰਨਾ ਚਾਹੁੰਦੇ ਨੇ, ਉਹ ਕਿਵੇਂ ਅਪਲਾਈ ਕਰ ਸਕਦੇ ਨੇ, ਕਿੰਨੇ ਗੈਪ ਦੇ ਨਾਲ ਅਪਲਾਈ ਕਰ ਸਕਦੇ ਨੇ, ਆਈਲਟਸ ਸਕੋਰ ਕੀ ਚਾਹੀਦਾ ਔਰ ਤੁਹਾਡੇ ਅਕੈਡਮਿਕਸ ਕੀ ਹੋਣੇ ਚਾਹੀਦੇ ਨੇ, ਓਮ ਗਲੋਬਲ ਨੂੰ ਸੰਪਰਕ ਕਰ ਸਕਦੇ ਹੋ ਚੰਡੀਗੜ੍ਹ ਆਫਿਸ ਦੇ ਵਿੱਚ, ਜਲੰਧਰ ਆਫਿਸ ਵਿੱਚ ਅਤੇ ਅੰਮ੍ਰਿਤਸਰ ਆਫਿਸ ਵਿੱਚ। ਨੰਬਰ ਟੀਵੀ ਸਕਰੀਨ 'ਤੇ ਚੱਲ ਰਿਹਾ, ਇਹਨੂੰ ਮੋਬਾਈਲ ਦੇ ਵਿੱਚ ਫੀਡ ਕਰ ਲਵੋ, 9216192167 9216192167। ਸੋ ਕਹਿੰਦਾ ਸਪਾਊਸ ਕੇਸ ਦੇ ਥੋੜ੍ਹਾ ਚੱਲਣਾ ਪਈਏ, ਆਸਟ੍ਰੇਲੀਆ ਰਿਸਟ੍ਰਿਕਸ਼ਨ ਸੀ, ਇਸੇ ਦਾ ਫਾਇਦਾ ਲੈ ਕੇ ਸਪਾਊਸ ਨੂੰ ਯੂਕੇ ਵੱਲੋਂ ਮੋਟ ਕੀਤਾ ਗਿਆ। ਬਹੁਤ ਸਾਰੀ ਰਿਫਿਊਜ਼ਲ ਸਪਾਊਸ ਨੇ ਵੇਖਿਆ ਪਿਛਲੇ 2 ਮਹੀਨੇ ਦੇ ਵਿੱਚ, ਹੁਣ ਇੱਕ ਵਾਰ ਫਿਰ ਤੋਂ ਪਟੜੀ ਆਸਟ੍ਰੇਲੀਆ ਵੱਲ ਨੂੰ ਜਿਹੜੀ ਆ ਉਹ ਜ਼ਿੰਦਗੀ ਉੱਧਰ ਆਉਂਦੀ ਜਾ ਰਹੀ ਹੈ ਬੱਚੇ ਨੂੰ, ਆਸਟ੍ਰੇਲੀਆ ਨੂੰ ਕਿਹਾ ਜਾ ਰਿਹਾ ਕਿ ਸਪਾਊਸ ਆਸਟ੍ਰੇਲੀਆ ਲਈ ਜਾਵੇ। ਸੋ ਸਪਾਊਸ ਆਸਟ੍ਰੇਲੀਆ ਅਪਲਾਈ ਕਰਨਾ, ਉਹਦੇ ਲਈ ਕੀ ਰਿਕੁਆਇਰਮੈਂਟਸ ਰਹਿਣਗੀਆਂ? ਦੇਖੋ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਉਹੀ ਗੱਲ ਜਿਹੜੀ ਆਪਾਂ ਕੋਵਿਡ ਤੋਂ ਪਹਿਲਾਂ ਕਰਦੇ ਸੀ, ਕੁਛ ਨਹੀਂ ਬਦਲਿਆ ਆਸਟ੍ਰੇਲੀਆ ਨੇ ਕਿਸੇ ਵੀ ਚੀਜ਼ ਦਾ, ਕੋਈ ਚੇਂਜ ਨਹੀਂ ਕੀਤਾ। ਤੁਸੀਂ ਪਲੱਸ ਟੂ ਹੋ, ਹਸਬੈਂਡ ਵਾਈਫ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਤੁਸੀਂ ਗ੍ਰੈਜੂਏਟ ਹੋ, ਹਸਬੈਂਡ ਨੂੰ ਵਾਈਫ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਤੁਸੀਂ ਪੋਸਟ ਗ੍ਰੈਜੂਏਟ ਹੋ, ਆਪਣੇ ਸਪਾਊਸ ਦੇ ਨਾਲ ਜਾ ਕੇ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਦੇ ਦਰਵਾਜ਼ੇ ਕੋਵਿਡ ਤੋਂ ਪਹਿਲਾਂ ਵੀ ਖੁੱਲ੍ਹੇ ਸੀ, ਹੁਣ ਵੀ ਖੁੱਲ੍ਹੇ ਆ। ਬਹੁਤ ਸਾਰੇ ਕੰਸਲਟੈਂਟਸ, ਬਹੁਤ ਸਾਰੇ ਲੋਕ ਤੁਹਾਨੂੰ ਕਹਿਣਗੇ ਨਹੀਂ ਜੀ 12ਵੀਂ ਵਾਲੇ ਨਾਲ ਸਪਾਊਸ ਨਹੀਂ ਜਾਂਦਾ, ਪਰ ਸਾਡੇ ਕੋਲ ਤਾਂ ਕਹਾਣੀ ਖਤਮ ਹੋ ਜਾਂਦੀ ਨਾ। ਅਸੀਂ ਤਾਂ ਪੈਸੇ ਤੁਹਾਡੇ ਤੋਂ ਉਦੋਂ ਲੈਣੇ ਜਦੋਂ ਤੁਹਾਡਾ ਦੋਨਾਂ ਦਾ ਹਸਬੈਂਡ ਵਾਈਫ ਦਾ ਵੀਜ਼ਾ ਲੱਗ ਗਿਆ, ਵੀਜ਼ਾ ਤੁਹਾਡੇ ਹੱਥ 'ਚ ਫੜਾਤਾ, ਉਸ ਤੋਂ ਬਾਅਦ ਤੁਸੀਂ ਪੇਮੈਂਟ ਦੇਣੀ ਹੈ। ਸੋ ਕਿਸੇ ਵੀ ਤਰ੍ਹਾਂ ਦਾ ਕੋਈ ਐਕਸਪੈਰੀਮੈਂਟ ਨਹੀਂ ਹੈਗਾ ਤੁਹਾਡੇ ਪ੍ਰੋਫਾਈਲ ਦੇ ਨਾਲ। ਸਟੂਡੈਂਟ ਦੇ ਜਿਹੜੇ ਡਾਕੂਮੈਂਟਸ ਹੈ ਜੀ ਟੀ ਵਾਲੇ, ਉਹ ਸਿੰਗਲ ਵਾਲੇ ਦੇ ਵੀ ਉਹੀ ਹੈ, ਉਹ ਸਪਾਊਸ ਵਾਲੇ ਦੇ ਵੀ ਉਹੀ ਹੈ, ਕਿਉਂਕਿ ਜਿਹੜੀ ਯੂਨੀਵਰਸਿਟੀ ਨੇ ਤੁਹਾਨੂੰ ਐਡਮਿਸ਼ਨ ਦੇਣੀ ਹੈ, ਉਹਨੇ ਤੁਹਾਡਾ ਅਕੈਡਮਿਕ ਪ੍ਰੋਫਾਈਲ, ਆਈਐਲਟੀਐਸ, ਏਜੀਓਜੀ, ਉਹ ਸਾਰਾ ਕੁਝ ਦੇਖ ਕੇ ਦੇਣਾ। ਉਹ ਤੁਸੀਂ ਮੈਰਿਡ ਹੋ, ਸਿੰਗਲ ਹੋ, ਉਹਦਾ ਕੋਈ ਫਰਕ ਨਹੀਂ। ਉਸ ਤੋਂ ਬਾਅਦ ਜਿਹੜੀ ਹਸਬੈਂਡ ਦੀ ਹੈਗੀ ਹੈ, ਉਹਦੀ ਇਮੀਗ੍ਰੇਸ਼ਨ ਹਿਸਟਰੀ ਨਾ ਹੋਵੇ ਕਿ ਆਸਟ੍ਰੇਲੀਆ ਰਹਿ ਕੇ ਆਇਆ ਜੀ, ਉੱਥੋਂ ਡਿਪੋਰਟ ਹੋ ਗਿਆ ਸੀ, ਜਾਂ ਓਵਰਸਟੇ ਰਹਿ ਕੇ ਆਇਆ, ਜਾਂ ਨਿਊਜ਼ੀਲੈਂਡ ਰਹਿ ਕੇ ਆਇਆ, ਉੱਥੇ ਓਵਰਸਟੇ ਹੋ ਗਿਆ ਸੀ। ਸੋ ਇਸ ਤਰੀਕੇ ਦੀ ਜੇ ਇਮੀਗ੍ਰੇਸ਼ਨ ਹਿਸਟਰੀ ਤੁਹਾਡੇ ਹਸਬੈਂਡ ਦੀ, ਵਾਈਫ ਦੀ ਨਹੀਂ ਹੈਗੀ ਸਪਾਊਸ 'ਚੋਂ ਕਿਸੇ ਦੀ ਵੀ, ਪਲੱਸ ਟੂ ਪਾਸ ਵੀ ਆਪਣੇ ਸਪਾਊਸ ਦੇ ਨਾਲ ਜਾ ਸਕਦਾ, ਔਰ ਗ੍ਰੈਜੂਏਟ ਵੀ ਸਪਾਊਸ ਦੇ ਨਾਲ ਜਾ ਸਕਦਾ, ਔਰ ਪੋਸਟ ਗ੍ਰੈਜੂਏਟ ਵੀ ਜਾ ਸਕਦਾ। ਸਪਾਊਸ ਦੇ ਕੋਲ ਰਾਈਟਸ ਕੀ ਹੁੰਦੇ, ਵਰਕ ਪਰਮਿਟ ਦੇ ਰਾਈਟਸ ਹੁੰਦੇ ਤੇ? ਡੈਫੀਨੇਟਲੀ 100% ਵਰਕਿੰਗ ਰਾਈਟਸ ਹੁੰਦੇ ਆ। ਜਿਸ ਤਰ੍ਹਾਂ ਇੱਕ ਸਟੂਡੈਂਟ, ਦੇਖੋ ਸਪਾਊਸ ਵੀਜ਼ਾ ਨਾਮ ਦੀ ਐਕਚੁਅਲੀ 'ਚ ਚੀਜ਼ ਨਹੀਂ ਹੁੰਦੀ, ਇਹਨੂੰ ਡਿਪੈਂਡੈਂਟ ਹੁੰਦਾ ਜਿਹੜਾ ਤੁਹਾਡੇ ਨਾਲ, ਸੇਮ ਵੀਜ਼ਾ ਕੈਟਾਗਰੀ ਹੈ, ਸਟੂਡੈਂਟ ਵੀਜ਼ਾ ਕੈਟਾਗਰੀ 500, ਸਪਾਊਸ ਵੀਜ਼ਾ ਕੈਟਾਗਰੀ ਉਹੀ ਸੇਮ। ਸੋ ਸੇਮ ਵੀਜ਼ਾ ਕੈਟਾਗਰੀ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ। ਸੋ ਜਦੋਂ ਤੁਹਾਡਾ ਵੀਜ਼ਾ ਅਪਲਾਈ ਹੁੰਦਾ, ਜਦੋਂ ਸਟੂਡੈਂਟ ਦਾ ਵੀਜ਼ਾ ਲੱਗਦਾ, ਸੇਮ ਟਾਈਮ 'ਤੇ ਸਪਾਊਸ ਦਾ ਵੀ ਵੀਜ਼ਾ ਲੱਗਦਾ ਉਸੇ ਕੈਟਾਗਰੀ ਦੇ ਅੰਡਰ, ਔਰ ਜੋ ਜੋ ਰੂਲਸ ਰੈਗੂਲੇਸ਼ਨਸ ਮੇਨ ਸਟੂਡੈਂਟ ਦੇ ਉੱਤੇ ਲੱਗਦੇ ਆ, ਉਹੀ ਰੂਲਸ ਐਂਡ ਰੈਗੂਲੇਸ਼ਨਸ, ਉਹੀ ਟਰਮਸ ਐਂਡ ਕੰਡੀਸ਼ਨਸ ਦੇ ਉੱਤੇ ਸਪਾਊਸ ਦਾ ਵੀਜ਼ਾ ਅਪਲਾਈ ਹੁੰਦਾ, ਔਰ ਉਸੇ ਦੇ ਉੱਤੇ ਉਹਨੂੰ ਕੰਮ ਕਰਨ ਦੀ ਪਰਮਿਸ਼ਨ ਮਿਲਦੀ ਹੈ। ਜੀ, ਸੋ ਕਹਿੰਦਾ ਸਰ ਇੱਕ ਹੋਰ ਸਵਾਲ ਪੁੱਛਣਾ ਚਾਹੇਗਾ, ਆਖਰੀ ਸਵਾਲ ਹੋ ਸਕਦਾ, ਉਸ ਤੋਂ ਬਾਅਦ ਮੈਸੇਜ ਲਵਾਂਗੇ ਛੋਟਾ ਜਿਹਾ। ਆਈਲਸ ਅਸੀਂ ਕਹਿ ਤਾ ਕਿ 6 band ਓਵਰਆਲ, 6 ਈਚ ਚਾਹੀਦੀ ਜੇਕਰ ਗ੍ਰੈਜੂਏਟ ਹੈ ਬੱਚਾ 2014 ਪਾਸ ਆ, ਜੇਕਰ ਗ੍ਰੈਜੂਏਟ ਬੱਚਾ 2018 ਪਾਸ ਆ, 5.5 ਈਚ 'ਤੇ ਵੀ ਚੱਲੂਗਾ। 12ਵੀਂ ਪਾਸ ਬੱਚਾ ਓਵਰਆਲ 6 ਇੱਕ 'ਚੋਂ 5.5, 2 'ਚੋਂ 5.5 ਵੀ ਤੁਸੀਂ ਚਲਾਓਗੇ, 5.5 ਈਚ ਵੀ ਚਲਾ ਲਓਗੇ। ਪਰ ਜੇ ਬੱਚੇ ਨੇ ਪੀਟੀ ਕੀਤੀ ਆ ਜਾਂ ਡੂਲਿੰਗੋ ਕੀਤੀ ਆ, ਕੀ ਪੀਟੀ ਅਤੇ ਡੂਲਿੰਗੋ ਵੀ ਅਕਸੈਪਟੇਬਲ ਹੋਣ? ਨਹੀਂ ਜੀ, ਡੂਲਿੰਗੋ ਬਿਲਕੁਲ ਅਕਸੈਪਟੇਬਲ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ। ਇਨਫੈਕਟ ਕਿਸੇ ਵੀ ਕੰਟਰੀ 'ਚ ਡੂਲਿੰਗੋ ਅਕਸੈਪਟੇਬਲ ਨਹੀਂ ਹੈਗਾ, ਹੈ ਨਾ? ਉਹ ਪਤਾ ਨਹੀਂ ਕਿੱਥੋਂ ਆ ਗਿਆ, ਕਿੱਥੋਂ ਦੀ ਏਜੰਟਸ ਨੇ ਸ਼ੁਰੂ ਕਰ ਦਿੱਤਾ। ਸੋ ਅਲਟੀਮੇਟਲੀ ਜਿਹੜੀ ਚੀਜ਼ ਅਕਸੈਪਟੇਬਲ ਹੈ ਆਸਟ੍ਰੇਲੀਆ ਲਈ, ਆਈਐਲਟੀਐਸ ਅਕਸੈਪਟੇਬਲ ਹੈ, ਪੀਟੀ ਅਕਸੈਪਟੇਬਲ ਹੈ, ਟੋਫਲ ਐਕਸੈਪਟੇਬਲ ਹੈ, ਹੋਮ ਬੇਸਡ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ 'ਚ ਚੋਰੀ ਹੁੰਦੀ ਹੈ, ਹੋਮ ਬੇਸਡ ਟੋਫਲ ਨਹੀਂ ਹੋਣਾ ਚਾਹੀਦਾ, ਉਹ ਐਕਸੈਪਟੇਬਲ ਹੈ। ਕੇਂਬਰਿਜ ਅਸੈਸਮੈਂਟ ਆਫ ਇੰਗਲਿਸ਼ CAE ਇੱਕ ਟੈਸਟ ਹੈਗਾ, ਉਹ ਐਕਸੈਪਟੇਬਲ, ਮਤਲਬ ਕਾਫੀ ਟੈਸਟ ਇੱਦਾਂ ਦੇ ਨੇ ਜਿਹਦੇ ਨਾਲ ਤੁਹਾਡੀ ਇੰਗਲਿਸ਼ ਲੈਂਗੁਏਜ ਅਬਿਲਿਟੀ ਐਕਸੈਪਟ ਹੋ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ। ਜਿੱਦਾਂ ਕੈਨੇਡਾ ਦੇ ਕਈ ਸੈਲ ਪਿਪ ਨੇ, CAEP ਕਰਕੇ ਟੈਸਟ ਹੈਗਾ। ਸੋ ਕਈ ਟੈਸਟ ਨੇ ਹਰ ਕੰਟਰੀ ਦੇ ਵੱਖਰੇ ਵੱਖਰੇ। ਪੀਟੀ 100% ਐਕਸੈਪਟੇਬਲ ਹੈ ਜੀ, ਆਈਐਲਟੀਐਸ ਐਕਸੈਪਟੇਬਲ ਹੈ, ਪੀਟੀ ਐਕਸੈਪਟੇਬਲ ਹੈ, ਸੈਂਟਰ ਦੇ ਵਿੱਚ ਬਹਿ ਕੇ ਜਿਹੜੀ ਟੋਫਲ ਤੁਸੀਂ ਕੀਤੀ ਹੈ ਉਹ ਵੀ ਐਕਸੈਪਟੇਬਲ ਹੈ ਜੀ। ਸੋ ਕੋਈ ਮੈਸੇਜ ਕੁਛ ਸੁਨੇਹਾ ਜਾਣ ਦੀ ਵਾਰ ਇਸ ਦਰਸ਼ਕਾਂ ਨੂੰ, ਤਾਂ ਕਿ ਜਿਹੜੇ ਬੱਚੇ ਆਸਟ੍ਰੇਲੀਆ, ਕੈਨੇਡਾ ਜਾਂ ਹੋਰਨਾਂ ਮੁਲਕਾਂ
ਪੈਸਿਆਂ ਦੀ ਤਸੱਲੀ ਕਰ ਲਓ ਕਿ ਜੇ ਤੁਹਾਡੇ ਤੋਂ ਪਹਿਲਾਂ ਕਿਸੇ ਨੇ ਪੈਸੇ ਲੈ ਲਏ ਕਿ ਉਹ ਪੈਸਿਆਂ ਦਾ ਕੋਈ ਵੈਲਿਊ ਹੈਗੀ ਆ ਪਹਿਲਾਂ ਲੈਣ ਦੀ ਜਾਂ ਉਹਨੇ ਆਪਣੇ ਪੈਸੇ ਲੈ ਲਏ ਉਸ ਤੋਂ ਬਾਅਦ ਤੁਹਾਡਾ ਕੰਮ ਹੋਊਗਾ ਜਾਂ ਨਹੀਂ ਹੋਊਗਾ ਉਹਦੀ ਕੀ ਗਰੰਟੀ ਹੈ ਸੋ ਕੋਸ਼ਿਸ਼ ਕਰੋ ਕਿ ਅਪਲਾਈ ਵੀਜ਼ਾ ਉੱਥੋਂ ਕਰੋ ਜਿੱਥੇ ਤੁਹਾਡਾ ਕੰਮ ਹੋ ਜਾਵੇ ਤਾਂ ਤੁਸੀਂ ਪੈਸੇ ਦੇ ਦਿਓ ਤੁਹਾਡਾ ਕੰਮ ਨਾ ਹੋਏ ਤਾਂ ਤੁਹਾਨੂੰ ਪੈਸੇ ਦਾ ਨੁਕਸਾਨ ਨਾ ਹੋਵੇ ਇਹ ਬਹੁਤ ਵੱਡੀ ਚੀਜ਼ ਹੈ ਕਿਉਂਕਿ ਅੱਜ ਵੀ ਜੇ ਆਪਾਂ ਪੜ੍ਹ ਲਈਏ ਇੰਨੇ ਸਾਲਾਂ ਤੋਂ ਮੈਂ ਬੜਾ ਕੁਛ ਦੇਖ ਲਿਆ ਸਰਕਾਰਾਂ ਨੂੰ ਕਰਦੇ ਹੋਏ ਪਰ ਇਸ ਕੰਮ ਦੇ ਵਿੱਚ ਠੱਗੀ ਕਦੀ ਨਹੀਂ ਰੁਕੀ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਆ ਹੀ ਜਾਂਦਾ ਜਿਹੜਾ ਕੁਛ ਨਾ ਕੁਛ ਕਰਕੇ ਤੁਹਾਨੂੰ ਕਿਸੇ ਤਰੀਕੇ ਤੁਹਾਡੀ ਜੇਬ 'ਚੋਂ ਪੈਸੇ ਕਢਾ ਲੈਂਦਾ ਬਾਅਦ 'ਚ ਤੁਸੀਂ ਆਪਣੇ ਹੀ ਪੈਸੇ ਲੈਣ ਲਈ 50 ਚੱਕਰ ਮਾਰਦੇ ਹੋ ਜਾਂਦੇ ਹੋ ਤੁਰਦੇ ਫਿਰਦੇ ਬੰਦਾ ਕਹਿੰਦਾ ਯਾਰ ਕਿ ਉਨੇ ਪੈਸੇ ਤਾਂ ਮੈਂ ਤੇਰੇ ਤੋਂ ਚੰਗੇੜੇ ਮਾਰਨ ਦੇ ਮੇਰੇ ਪੈਸੇ ਲੱਗ ਗਏ ਜਿੰਨੇ ਪੈਸੇ ਮੈਂ ਤੇਰੇ ਤੋਂ ਵਾਪਸ ਲੈਣੇ ਸੀਗੇ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਅਪਲਾਈ ਕਰੋ ਟਰੈਕ ਰਿਕਾਰਡ ਦੇਖ ਲਓ ਕਿੰਨੇ ਵੀਜ਼ੇ ਅਪਲਾਈ ਕੀਤੇ ਕਿਸੇ ਨੇ ਕਿੰਨੇ ਵੀਜ਼ੇ ਲੱਗੇ ਆ ਜਦੋਂ ਇਹ ਚੀਜ਼ਾਂ ਤੁਸੀਂ ਦੇਖ ਲਈਆਂ ਹੋਊਗੀਆਂ ਵੈਬਸਾਈਟਸ ਪੜ੍ਹ ਲਓ ਇਮੀਗ੍ਰੇਸ਼ਨ ਦੀਆਂ ਰੂਲਸ ਐਂਡ ਰੈਗੂਲੇਸ਼ਨਸ ਪੜ੍ਹ ਲਓ ਜਦੋਂ ਇਹ ਚੀਜ਼ਾਂ ਕਰ ਲਓਗੇ ਠੱਗੀ ਦੇ ਜਿਹੜੇ ਚਾਂਸਿਸ ਹੈਗੇ ਆਲਮੋਸਟ ਜ਼ੀਰੋ ਹੋ ਜਾਂਦੇ ਤੁਹਾਡੇ ਜੀ ਖਾਨਾ ਸਰ ਛੋਟਾ ਜਿਹਾ ਸਵਾਲ ਹੋਰ ਪੁੱਛੂੰਗਾ ਪਲੱਸ ਟੂ ਵਾਲੇ ਬੱਚਿਆਂ ਦੀ ਗੱਲ ਕਰ ਲਈ ਗ੍ਰੈਜੂਏਟ ਬੱਚਿਆਂ ਦੀ ਗੱਲ ਕਰ ਲਈ ਨਰਸਿੰਗ ਵਾਲੇ ਬੱਚਿਆਂ ਦੀ ਗੱਲ ਕਰ ਲਈ ANM GNM ਜਿਨ੍ਹਾਂ ਨੇ ਇੱਥੇ ਕਰ ਲਈ ਹੈ ਕਿ ਉਹ ਵੀ ਆਸਟ੍ਰੇਲੀਆ ਜਾ ਸਕਦੇ ਐਬਸੋਲੂਟਲੀ ਜਾ ਸਕਦੇ ਆ ਜੀ ANM GNM ਵਾਲੇ ਸਾਰੇ ਬੱਚੇ ਇਨਫੈਕਟ ਜਦੋਂ ਹੁਣੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਕੁੜੀ ਦਾ GNM ਕੀਤੀ ਹੋਈ ਹੈ ਉਹਦਾ ਵੀਜ਼ਾ ਅਪਲਾਈਡ ਹੈ 3 ਸਾਲ ਦੀ ਜੋਬ ਹੈ ਉਸ ਜੋਬ ਦੇ ਬਾਰੇ ਕੁਛ ਡਾਕੂਮੈਂਟਸ ਮੰਗੇਗੇ ਸੋ ਡੈਫੀਨੇਟਲੀ ਜਾ ਸਕਦੇ ਹੋ ਉਸ ਤੋਂ ਬਾਅਦ GNM ਤੋਂ ਬਾਅਦ ਕਿਸੇ ਹਸਪੀਟਲ ਨਰਸਿੰਗ ਸੈਂਟਰ ਕਿਸੇ ਕਲੀਨਿਕ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਐਕਸਪੀਰੀਅੰਸ ਨਾਲ ਲੈ ਕੇ ਆਓ ਡੈਫੀਨੇਟਲੀ ਤੁਸੀਂ ਜਾ ਸਕਦੇ ਹੋ ਬਹੁਤ ਸਾਰੇ ਪ੍ਰੋਗਰਾਮਸ ਨੇ ਨਰਸਿੰਗ ਦੇ ਹੀ ਆਪਣੇ ਪ੍ਰੋਗਰਾਮਸ ਨੇ ਚਾਹੇ ਉਹ ਨਰਸਿੰਗ ਦੇ ਫਾਊਂਡੇਸ਼ਨ ਪ੍ਰੋਗਰਾਮਸ ਨੇ ਜਾਂ ਅਰਲੀ ਚਾਈਲਡਹੁੱਡ ਵਾਲੇ ਪ੍ਰੋਗਰਾਮਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਸਟ੍ਰੇਲੀਆ ਦਾ ਐਜੂਕੇਸ਼ਨ ਔਰ ਇਮੀਗ੍ਰੇਸ਼ਨ ਸਿਸਟਮ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਸਟ੍ਰੀਮਲਾਈਨਡ ਹੈ ਅਨਲਾਈਕ ਮੈਨੀ ਅਦਰ ਕੰਟਰੀਜ਼ ਲਾਈਕ UK ਜਿਹ 'ਚ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਨਾਲ ਕੀ ਹੋਣਾ ਸੋ ਫੰਡਸ ਲੈ ਕੇ ਆਸਟ੍ਰੇਲੀਆ ਦੇ ਫੰਡਸ ਨੂੰ ਲੈ ਕੇ ਵੀ ਥੋੜ੍ਹੀ ਚਰਚਾ ਕਰੀਏ ਕਿ ਫੰਡਸ ਕਿੰਨੇ ਕੁ ਲਾਜ਼ਮੀ ਨੇ ਆਸਟ੍ਰੇਲੀਆ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ ਹਰ ਕੰਟਰੀ ਦੇ ਵਿੱਚ ਫੰਡਸ ਕਿਉਂ ਮੰਗੇ ਜਾਂਦੇ ਨੇ ਤੁਹਾਡੀ ਫਾਈਨੈਂਸ਼ੀਅਲ ਕੈਪੇਬਿਲਿਟੀ ਦੇਖਣ ਦੀ ਕਿ ਕੱਲ੍ਹ ਨੂੰ ਉੱਥੇ ਜਾ ਕੇ ਸਾਰਿਆਂ ਨੂੰ ਪਤਾ ਕਿ ਤੁਸੀਂ ਪੈਸੇ ਕਮਾ ਲਓਗੇ ਫੀਸ ਦੇ ਲਓਗੇ ਖਰਚਾ ਕੱਢ ਲਓਗੇ ਬਟ ਉਹ ਕਹਿੰਦੇ ਕਿ ਕੋਈ ਇੱਦਾਂ ਦੇ ਸਰਕਮਸਟਾਂਸਿਸ ਹੋ ਜਾਣ ਜਿੱਦਾਂ ਕੋਵਿਡ ਦੀ ਗੱਲ ਹੀ ਕਰ ਲਓ ਕਿ ਪਿਛਲੇ 2-3 ਮਹੀਨੇ 'ਚ ਸਾਰਾ ਕੁਝ ਬੰਦ ਹੋ ਗਿਆ ਜੀ ਬੰਦ ਹੋ ਗਿਆ ਤਾਂ ਤੁਸੀਂ ਕਹਿੰਦੇ ਹੋ ਜੀ ਮੇਰੇ ਕੋਲ ਹੁਣ ਘਰੇ ਪੈਸੇ ਮੈਂ ਹੈ ਨਹੀਂ ਪੈਸੇ ਕਿੱਥੋਂ ਮੰਗਾਊਂਗਾ ਇੱਥੇ ਮੇਰਾ ਕੰਮ ਚਲਾ ਗਿਆ ਨੌਕਰੀ ਚਲ ਗਈ ਬੰਦ ਹੋ ਗਿਆ ਰੈਸਟੋਰੈਂਟ ਜਿੱਥੇ ਮੈਂ ਕੰਮ ਕਰਦਾ ਸੀ ਹਾਊ ਵਿਲ ਯੂ ਸਰਵਾਈਵ ਨਾ ਉਹਨਾਂ ਨੇ ਤੁਹਾਨੂੰ ਭੁੱਖੇ ਮਰਨ ਦੇਣਾ ਨਾ ਉਹ ਤੁਹਾਨੂੰ ਵਾਪਸ ਭੇਜ ਸਕਦੇ ਆ ਸੋ ਤੁਸੀਂ ਇੱਕ ਲਾਇਬਿਲਟੀ ਬਣ ਗਏ ਗੌਰਮੈਂਟ ਦੀ ਸੋ ਇਸ ਕਰਕੇ ਉਹ ਤੁਹਾਡਾ ਫਾਈਨੈਂਸ਼ੀਅਲ ਕੈਪੇਬਿਲਿਟੀ ਦਾ ਫਾਈਨੈਂਸ਼ੀਅਲ ਮਾਹੌਲ ਜ਼ਰੂਰ ਚੈੱਕ ਕਰਦੇ ਆ ਕਿ ਕਿੰਨੇ ਕੁ ਪੈਸੇ ਤੁਹਾਡੇ ਕੋਲ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਚੰਗੀ ਚੀਜ਼ ਕੀ ਹੈ ਕਿ ਲੈਵਲ 1 ਯੂਨੀਵਰਸਿਟੀਜ਼ ਦੇ ਵਿੱਚ ਅੰਬੈਸੀ ਨੂੰ ਫੰਡਸ ਕੰਪਲਸਰੀ ਨਹੀਂ ਹੈਗੇ ਅੰਬੈਸੀ ਨੂੰ ਨਹੀਂ ਚਾਹੀਦੇ ਬਟ ਯੂਨੀਵਰਸਿਟੀ ਆਪਣੀ ਤਸੱਲੀ ਕਰ ਲੈਂਦੀ ਹੈ ਕਿਉਂਕਿ ਉਹਨੂੰ ਅਥਾਰਟੀ ਮਿਲੀ ਹੈ ਅੰਬੈਸੀ ਵੱਲੋਂ ਕਿ ਤੂੰ ਚੈੱਕ ਕਰ ਲਈ ਜਿਹੜਾ ਬੱਚਾ ਤੂੰ ਇੱਥੇ ਬੁਲਾ ਰਿਹਾ ਕੀ ਉਹਦੇ ਕੋਲ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਆ ਆਉਣ ਦੀ ਸੋ ਉਸ ਲੈਵਲ ਦੇ ਉੱਤੇ ਯੂਨੀਵਰਸਿਟੀ ਵੈਰੀਫਾਈ ਕਰ ਲੈਂਦੀ ਹੈ ਬੈਂਕਾਂ ਨੂੰ ਮੇਲ ਪਾ ਕੇ ਜਾਂ ਆਪਣੇ ਆਪਣੇ ਤਰੀਕੇ ਦੇ ਨਾਲ ਜਿੱਦਾਂ ਵੀ ਹਰ ਯੂਨੀਵਰਸਿਟੀ ਨੇ ਰੱਖਿਆ ਸੋ ਜਦੋਂ ਉਹ ਵੈਰੀਫਿਕੇਸ਼ਨ ਕੰਪਲੀਟ ਹੋ ਜਾਂਦੀ ਹੈ ਅੰਬੈਸੀ ਦੇ ਵਿੱਚ ਬਿਨਾਂ ਫੰਡ ਦੇ ਵੀ ਤੁਹਾਡੀ ਫਾਈਲ ਅਪਲਾਈ ਹੋ ਜਾਂਦੀ ਜੀ ਸੋ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਦੀ ਖੁਸ਼ਖਬਰੀ ਹੈ ਕਿ ਜੇਕਰ ਤੁਸੀਂ ਸਿਸਬਨ ਲੈਵਲ 1 ਦੀ ਯੂਨੀਵਰਸਿਟੀ 'ਚ ਅਪਲਾਈ ਕਰਦੇ ਹੋ ਸਿਰਫ ਤੁਸੀਂ ਯੂਨੀਵਰਸਿਟੀ ਨੂੰ ਫੰਡਸ ਦਿਖਾਉਣੇ ਆ ਅੰਬੈਸੀ ਤੁਹਾਡੇ ਕੋਲ ਫੰਡਸ ਨਹੀਂ ਮੰਗਦੀ ਤੁਸੀਂ 12ਵੀਂ ਪਾਸ ਹੋ ਗ੍ਰੈਜੂਏਟ ਹੋ ANM ਕੀਤੀ ਹੈ GNM ਕੀਤੀ ਹੈ MBA ਕੀਤੀ ਹੈ ਦੁਬਾਰਾ ਡਬਲ ਮਾਸਟਰਸ ਲਈ ਜਾਣਾ ਚਾਹੁੰਦੇ ਹੋ ਤਰ੍ਹਾਂ ਤਰ੍ਹਾਂ ਦੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੇਸ ਆਸਟ੍ਰੇਲੀਆ ਸਟੱਡੀ ਵੀਜ਼ਾ 'ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਓਮ ਗਲੋਬਲ ਇੱਕ ਤੁਹਾਡਾ ਵਨ ਸਟੈਪ ਸਲਿਊਸ਼ਨ ਹੈ ਇੱਕ ਰੂਫ ਦੇ ਅੰਡਰ ਤੁਹਾਨੂੰ ਹਰ ਇੱਕ ਫੈਸਿਲਿਟੀਜ਼ ਮਿਲਦੀਆਂ ਨੇ ਚਾਹੇ ਉਹ ਸਟੱਡੀ ਵੀਜ਼ਾ ਹੋਵੇ ਚਾਹੇ ਉਹ ਸਪਾਊਸ ਕੇਸ ਹੋਵੇ ਚਾਹੇ ਉਹ ਡਿਪੈਂਡੈਂਟ ਕੇਸ ਹੋਵੇ ਚਾਹੇ ਉਹ ਕੈਨੇਡਾ ਸਟੱਡੀ ਵੀਜ਼ਾ ਹੋਵੇ ਚਾਹੇ ਆਸਟ੍ਰੇਲੀਆ ਸਟੱਡੀ ਵੀਜ਼ਾ ਹੋਵੇ 9161-9167 ਨੰਬਰ 'ਤੇ ਕਾਲ ਕਰ ਸਕਦੇ ਹੋ ਪੁਨੀਤ ਖੰਨਾ ਜੀ ਨੂੰ ਮਿਲਣਾ ਚਾਹੁੰਦੇ ਹੋ ਕਾਲ ਕਰਕੇ ਅਪੁਆਇੰਟਮੈਂਟ ਜ਼ਰੂਰ ਫਿਕਸ ਕਰ ਲਓ ਅੰਮ੍ਰਿਤਸਰ ਆਫਿਸ ਜਲੰਧਰ ਆਫਿਸ ਅਤੇ ਚੰਡੀਗੜ੍ਹ ਆਫਿਸ ਫਿਲਹਾਲ ਜਾ ਚਾਹੁੰਦੇ ਖੰਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ